ਕਰਤਾ ਕਰੋ ਕਿ ਰਾਚੀ ਦੇ ਕੁਝ ਮੌਲਵੀਆਂ ਨੇ ਆਖਿਆ ਨਾਉਜ਼ ਬਿੱਲਾ ਜਿਹੜੀ ਏਸ਼ੀਆਂ ਦੀ ਅਜ਼ਾਨ ਹੈ ਦਹਿਸ਼ਤਗਰਦਾਂ ਦੀ ਅਜ਼ਾਨ ਹੈ ਕਰਾਚੀ ਦੇ ਮੌਲਵੀਆਂ ਗੱਲ ਕੀਤੀ ਹੈ ਮੈਂ ਕਰਾਚੀ ਦੇ ਮੌਲਵੀਆਂ ਕੋਈ ਜਵਾਬ ਦਿੱਤਾ ਮੈਂ ਕੋਈ ਇਕੱਲਾ ਨਾ ਛੋੜੇ ਗਾਜ਼ੀ ਦਾ ਵਾਸਤੇ ਮੈਂ ਉਹਨਾਂ ਕੋਈ ਜਵਾਬ ਦਿੱਤਾ ਮੈਂ ਕਿਹਾ ਅਕਲ ਦਾ ਇਲਾਜ ਕਰ ਓਏ ਦੀਵਾਰ ਸੇ ਗੁਜ਼ਰ ਕਰ ਜੋ ਕਾਬੇ ਮੇਂ ਆ ਗਿਆ ਦੀਵਾਰ ਸੇ ਗੁਜ਼ਰ ਕਰ ਜੋ ਕਾਬੇ ਮੇਂ ਆ ਗਿਆ ਮੈਂ ਕਿਸ ਤਰ੍ਹਾਂ ਸੇ ਉਸਕੋ ਨਿਕਾਲੂੰ ਅਜ਼ਾਨ ਸੇ ਹਾਏ ਮੈਂ ਆਇਆ ਤਾਂ ਮੈਂ ਕੋਈ ਹੁਕਮ ਕੀਤਾ ਨੇ ਨਾਹੀਦ ਬਾਈ ਇਹਦਾ ਬੇਟਾ ਕੋਨੀ ਇਹਦਾ ਪੁੱਤਰ ਕੋਨੀ ਇਹਦਾ ਪੁੱਤਰ ਕੋਨੀ ਇਹਦਾ ਪੁੱਤਰ ਕੋਨੀ ਨਾਹੀਦ ਬਾਈ ਮਿਹਰਬਾਨੀ ਕਰਾਇ ਇਹਦੇ ਵਾਸਤੇ ਪੁੱਤਰ ਮੰਗਾਇਆ ਇਹਦੇ ਵਾਸਤੇ ਅੱਜ ਨਾ ਮੰਗਸਾਂ ਤਾਂ ਕੱਢਾਂ ਮੰਗਸਾਂ ਤੁਸਾਂ ਅੱਜ ਨਾ ਪਿੰਨਸੋ ਤਾਂ ਕੱਢਾਂ ਪਿੰਨਸੋ ਅੱਜ ਤੁਸੀਂ ਪਿੰਨੋ ਮੈਂ ਵੀ ਪਿੰਦਾ ਇਹ ਤਾਂ ਕਰੀਮ ਇਨ ਦੁਸ਼ਮਣੀ ਟੂਰਾਉਣ ਖਾਲੀ ਨਹੀਂ ਵਲੈਂਦੇ ਤੁਸਾਂ ਤਾਂ ਸਜਾਣੋ ਅੱਜ ਜਿਹੜੇ ਸਜਾਣੋ ਪੜ੍ਹੋ ਸਲਵਾ ਸਾਰੇ ਸਜਾਣੋ ਅਲਾਹੁਮਾ ਸਲੇ ਆਲਾ ਮੁਹੰਮਦ ਆਲ ਮੁਹੰਮਦ ਮੈਂ ਬਿਸ ਜਸ਼ਨ ਤਾਂ ਮੈਂ ਸ਼ੁਰੂ ਕਰਨਾ ਹਾਂ ਬੀਬੀ ਪਾਕ ਤੋਂ ਹੁਣ ਮੇਰਾ ਦਿਲ ਚਾਹੁੰਦਾ ਮੈਂ ਭਈਆਂ ਦੀ ਮੰਨਣੀ ਪਾਉਂਦੀ ਹੈ ਯਾਰ ਮੰਨਣੀ ਪਾਉਂਦੀ ਹੈ ਭਈਆਂ ਦੀ ਮੰਨ ਕੇ ਅੱਜ ਮੈਂ ਆਪਣੇ ਜਸ਼ਨ ਦਾ ਆਗਾਜ਼ ਕਰਨਾ ਚਾਹੁੰਦਾ ਸ਼ਹਿਜ਼ਾਦੇ ਦੀ ਲੋਰੀ ਤੋਂ ਅਤੇ ਏਡੀ ਮਿੱਠੀ ਲੋਰੀ ਏਡੀ ਪਿਆਰੀ ਲੋਰੀ ਆਲ ਮੁਹੰਮਦ ਦਾ ਅੱਲਾਹ ਇਹ ਜਸ਼ਨ ਵਾਲੀ ਲੋਰੀ ਹੈ ਈ ਲੋਰੀ ਦਾ ਸਦਕਾ ਹੁਣੇ ਨਾਲ ਆਪਣੇ ਪੁੱਤਰ ਦਾ ਨਾਂ ਰੱਖ ਪਾਉ ਲੋਰੀ ਮੈਂ ਪੰਨਣੀ ਹੈ ਪਿੰਨਣਾ ਤੁਸੈਂ ਅਤੇ ਚੌੜਾਂ ਦਾ ਖਾਲਿਕ ਦੇਸੀ ਜੀਵਨ ਵਾਲਾ ਪੁੱਤਰ ਅਤੇ ਬੇਟੇ ਨੂੰ 40 ਦੀਵਾਨਾ ਸੱਡਣਾ ਮੁਹੰਮਦ 40 ਦੀਵਾਨਾ ਸੱਡਣਾ ਮੁਹੰਮਦ ਪੂਰਾ ਨਾਂ ਰੱਖਣਾ ਮੁਹੰਮਦ ਅਸਗਰ ਰਜ਼ਾ ਹੁਣ ਇਜਾਜ਼ਤ ਥੇ ਜੀ ਲਾਲਾ ਅਕਬਰ ਜੀ ਮਾਂ ਹਸਨ ਹੁਸੈਨ ਦੀ ਤੁਹਾਡੇ ਬੱਚੜੇ ਕੋ ਵੱਡੇ ਰੰਗ ਲਾਵੇ ਇਨਸ਼ਾਅੱਲਾ ਤਾਲਾ ਔਰ ਬੜੇ ਰੰਗ ਹੋਸਨ ਆਓ ਬਈ ਹਾਜ਼ਰ ਹੋ ਜੀ ਇੱਕ ਮਿਹਰਬਾਨੀ ਕਰੋ ਹੱਥ ਖੋਲੋ ਚਾਹੇ ਦਾਮਨ ਫੈਲਾਓ ਚਾਹੇ ਜਲਦੀ ਕਰੋ ਝੋਲੀ 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 ਫੈਲਾਓ ਜੀ ਸ਼ਾਬਾ 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 ਜਲਦੀ ਕਰੋ ਬਾਈ ਬਹੁਤ ਬਹੁਤ ਮਿਹਰਬਾਨੀ ਸਰ ਗਾਜ਼ੀ ਦੀ ਕਸਮ ਹੈ ਮੈਂ ਗਾਜ਼ੀ ਦੀ ਕਸਮ ਚਾਹੁੰਦਾ ਖਾਣਾ ਕਿਉਂ ਯਾਰ ਦੇਖੋ ਸਾਰੀ ਡਿਮਹਾਰੀ ਮਜਲਿਸ ਬਸ ਹੁਣ ਕਾਫੀ ਟਾਈਮ ਬੀਤ ਚੁੱਕਾ ਹੈ ਇਹ ਤਕਰੀਬਨ ਥੀਂਦੇ ਪੈਣ 11:30 ਇਹ ਜਮਲੇ 'ਤੇ ਮਜਮਾ ਇਵੇਂ ਬੈਠੇ ਜਿਵੇਂ ਹੁਣੇ ਜ਼ਿਕਰ ਸ਼ੁਰੂ ਹੁੰਦਾ ਪਈ ਹੋਵੇ ਲੱਗਦਾ ਇਵੇਂ ਤੁਹਾਡੇ 'ਤੇ ਬੀਬੀ ਬਤੂਲ ਰਾਜ਼ੀ ਹੈ ਤੁਹਾਡੇ 'ਤੇ 5, 12, 14 ਰਾਜ਼ੀ ਹਨ ਅੱਛਾ ਬਈ ਹੁਣ ਲੋਰੀ ਪੜ੍ਹੂੰ ਅਤੇ ਬੇ ਔਲਾਦਾਂ ਵਾਸਤੇ ਪੋਤਰ ਉਹਦੇ ਬਾਅਦ ਵਤ ਬੀਬੀ ਆਲੀਆ ਉਹਦੇ ਬਾਅਦ ਇਮਾਮ ਹੁਸੈਨ ਗਾਜ਼ੀ ਸਰਕਾਰ ਅਮੀਰ ਕਾਸਿਮ ਅਲੀ ਅਕਬਰ ਬੋਲੋ ਅਲੀ ਅਕਬਰ ਬੋਲੋ ਬਈ ਇਮਾਮ ਜ਼ਮਾਨਾ ਜਿਤਨੇ ਕਸੀਦੇ ਤੁਸਾਂ ਜਨਾਬ ਸਜਾਦ ਬੁਲੇਂਦੇ ਨਹੀਂ ਵੇ ਸਾਊਂਡ ਵਾਲਾ ਕਿੱਥਾਂ ਲਗਾ ਗਏ ਹਾਂ ਲਾ ਲੈਂਦੀ ਸੈਟਿੰਗ ਕਰ ਚਾ ਤੇਰੀ ਜ਼ਿੰਦਗੀ ਵਾਲਾ ਤੁਹਾਡੇ ਕਾਰੋਬਾਰੀ ਬਰਕਤ ਸੋਹਣਾ ਸਾਊਂਡ ਹੈ ਸੋਹਣਾ ਚੱਲਦਾ ਪਿਆ ਇਨਸ਼ਾਅੱਲਾ ਤਾਲਾ ਫਿਟਿੰਗ ਹੋਵੇ ਸੀ ਨੌਂ ਰੱਜਾ ਵੇ ਨੌਂ ਅਲਾਓ ਨੌਂ ਰੱਜਬ ਸ਼ਹਿਜ਼ਾਦੇ ਦੀ ਥਈ ਹੈ ਆਮਦ ਮਾਂ ਕੋ ਹੁੰਦੀ ਹੈ ਔਲਾਦ ਪਿਆਰੀ ਅਤੇ ਬੀਬੀ ਰੱਬਾ ਮੈਂ ਸਦਕੇ ਵਾਂ ਪੁੱਤਰ ਕੋ ਚਾਹੇ ਇਵੇਂ ਪੁੱਤਰ ਕੋ ਚਾਹ ਕੇ ਬੀਬੀ ਚੁੰਮੇ ਚੁੰਮ ਕੇ ਆਦੀ ਇਹ ਤਾਂ ਸਾਰਾ ਲਈ ਹੈ ਜਿਹੜਾ ਨਹੀਂ ਬੋਲੋ ਨੀਂਦਰੇ ਉਹ ਗਰੀਬ ਕੋ ਸੁਜਾਗ ਬੈਠੇ ਕਿ ਖਿਆਲ ਹੈ ਜਿਹੜਾ ਐਡੀ ਵੱਡੀ ਗੱਲ ਤਾਂ ਨਹੀਂ ਬੋਲਾ ਬੀਬੀ ਮੂੰਹ ਚੁੰਮ ਕੇ ਫਰਮਾਏ ਇਹ ਤਾਂ ਸਾਰਾ ਲਈ ਹੈ ਵਤ ਔਲਾਦ ਹੁੰਦੀ ਹੈ ਮਿੱਠਾ ਮੇਵਾ ਔਲਾਦ ਹੁੰਦੀ ਹੈ ਹਰ ਕੈਂ ਕੋ ਪਿਆਰੀ ਅਤੇ ਬੀਬੀ ਰਬਾ ਪੁੱਤਰ ਕੋ ਇਵੇਂ ਮੇਡੋ ਡੇਕ ਸੋ ਇਵੇਂ ਚਾਇਸ ਵਤ ਬੀਬੀ ਦਿੱਤੀ ਹੈ ਲੋਰੀ ਬੜੀ ਸੈਟਿੰਗ ਵਾਲੀ ਲੋਰੀ ਹੈ ਇਹ ਮੈਂ ਪੜ੍ਹ ਕੇ ਅਤੇ ਬੇ ਔਲਾਦਾਂ ਵਾਸਤੇ ਪੁੱਤਰ ਮੰਗਦਾ ਪੇਸ਼ਾਨੀ ਚੁੰਮ ਕੇ ਬੀਬੀ ਫਰਮਾਇਆ ਹਾ ਏ ਲਿਲਾ
खैर होवे मजमा सुरी लई ओए मजमा सुरी ले ओए सैयदा मजमा सुरी लई मैं बिस्मिल्लाह करां आ भाई कैं दा पुत्र जा हल्का जे इको कम करा चा हल्का जे इको थोड़ा होवे सही मगर थोड़ा जा हल्का करा चा मोमिनी नु लफ्ज़ां दी समझ आवे लफ्ज़ां दे नाल हुन लफ्ज़ां दा दौर आ गए लफ्ज़ां दे नाल सफर करो आओ भाई सर चाहो एक लफ्ज़ इस्तेमाल पिया होंदे वंडणी कैं दा पुत्र जाम पवे तां मिठाई वंडणी पौंदी है लफ्ज़ वंडणी ते मेरे जेरे जवान भाई बैठन न्यू जनरेशन जेरे लफ्ज़ वंडणी आवे जेरे आखर ते वंडणी आवे वंडणी तकसीम करनी उम्र तुसा बोलना जरूर अल्लाह ईम वंडणी दा सदका बे औलादन जीवन आले आजादार बेटे अता फरमा सी बीबी रबा बीबी रबा पुत्र दा मुंह चुमके फरमा दिए जिंदगी हो जी जिंदगी हो जी हाय दरी जिंदगी हो जी एक दफा पूरे दा पूरा मजमा निका जी हाथ चाओ इत्थे करो सारे बोलो ए लिल्ला ए लिल्ला ए लिल्ला पढ़ो ए लिल्ला जेड़ा गाजी दा नौकर हाथ चावे ओए ये तो सारे गाजी दा नौकर मजमे गाजी दा नौकर जाकेरी गाजी दा नौकर जग भी गाजी दा नौकर गिलास भी गाजी दा नौकर सारे दा सारा मजमा गाजी दा नौकर मगर आज मैं तको ओ बंदा दिखावना जरा गाजी अब्बास दे अलम को लावना चावना ते चुमना इबादत समझें दे आज मैं तको हुने बंदा गोल के देना बीबी रा बाप पुत्र दा मुंह चुम के फरमा दी ए शाला तेरे सदा सदा
दम लावे बात। मैं बिस्मिल्लाह कराई मजमे को बोलो शावज मेरे जवानो, मैं बिस्मिल्लाह करा। एडे सोने बोल पायो। हुण मैं अगला शेर पढ़ना चाहना, जरा शेर मैं पढ़ने को नहीं वो शेर पढ़ना चाहना क्योंकि तुसा मेरे नाल कसीदा पढ़वेंदे पायो। अल्लाह सोना ई लोरी दा सदका बेऔलादां नूं जीवन वाले सोने सोने प्यारे प्यारे आजादार बेटे अता फरमावे। बीबी रबा पुत्र दी पेशानी चुमके फरमा दिए पढ़ो इतने इतने हाचो 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 हाँ क्या बात है। हाथ बुलंद करके बोलो 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 लाल कलंदर। अल्लाह कसीदे दा सदका लोरी दा सदका बे औलादन पुत्र देवे। सच्ची दसाए लोरी हां को लगी कैसी लोरी आई प्यारी ना